ਟਰੱਕ ਡਰਾਈਵਰਾਂ ਦੀ ਹੜਤਾਲ ਤੋਂ ਬਾਅਦ ਪੂਰੇ ਪੰਜਾਬ ਪੂਰੇ ਦੇਸ਼ ਦੇ ਵਿੱਚ ਚਾਹੇ ਉਹ ਪੈਟਰੋਲ ਪੰਪ ਹੈ ਚਾਹੇ ਉਹ ਬਾਜ਼ਾਰ ਹੈ ਚਾਹੇ ਸਬਜ਼ੀ ਮੰਡੀਆਂ ਨੇ ਉੱਥੇ ਵੀ ਅਸਰ ਵੇਖਣ ਨੂੰ ਮਿਲ ਰਿਹਾ ਔਰ ਪੈਟਰੋਲ ਪੰਪਾਂ 'ਤੇ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਨੇ ਕਿਉਂਕਿ ਜਿਹੜੇ ਕਾਨੂੰਨ ਦੇ ਵਿੱਚ ਹਿੱਟ ਐਂਡ ਰਨ ਦੇ ਵਿੱਚ ਸੋਧ ਕੇਂਦਰ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਉਸੇ ਰੋਸ ਨੂੰ ਲੈ ਕੇ ਡਰਾਈਵਰ ਹੜਤਾਲ 'ਤੇ ਗਏ ਨੇ ਔਰ ਇਹ ਲੁਧਿਆਣਾ ਦੇ ਸਬਜ਼ੀ ਮੰਡੀ ਦੀਆਂ ਤਸਵੀਰਾਂ ਨੇ ਸਬਜ਼ੀ ਮੰਡੀ ਦੇ ਵਿੱਚ ਹਜੇ ਇੰਨਾ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ ਪਰ ਜਿਹੜਾ ਸਟੋਕ ਹੈ ਸਬਜ਼ੀ ਮੰਡੀ ਦੇ ਵਿੱਚ ਵੀ ਉਹ ਸਬਜ਼ੀ ਮੰਡੀ ਦੇ ਜਿਹੜੇ ਕਾਰੋਬਾਰੀ ਹੈ ਉਹਨਾਂ ਦਾ ਆਖਣਾ ਕਿ ਇਹ ਸਟੋਕ ਅਗਰ ਸ਼ਾਮ ਤੱਕ ਖਤਮ ਹੋ ਗਿਆ ਤਾਂ ਉਸ ਤੋਂ ਬਾਅਦ ਸਬਜ਼ੀ ਮੰਡੀਆਂ ਦੇ ਵਿੱਚ ਵੀ ਸਬਜ਼ੀ ਆਉਣੀ ਬੰਦ ਹੋ ਜਾਏਗੀ ਜਿਹੜੀ ਬਾਹਰਲੇ ਸੂਬਿਆਂ ਤੋਂ ਆਉਂਦੀ ਹੈ ਚਾਹੇ ਰਾਜਸਥਾਨ ਦੀ ਗੱਲ ਕਰੀਏ ਹਰਿਆਣੇ ਦੀ ਗੱਲ ਕਰੀਏ ਗੁਜਰਾਤ ਦੀ ਗੱਲ ਕਰੀਏ ਉੱਥੋਂ ਸਬਜ਼ੀਆਂ ਆਉਣੀਆਂ ਬੰਦ ਹੋ ਜਾਣਗੀਆਂ ਅਗਰ ਇਸੇ ਤਰ੍ਹਾਂ ਟਰੱਕ ਡਰਾਈਵਰਾਂ ਦੀ ਹੜਤਾਲ ਰਹੇਗੀ ਕਿਉਂਕਿ ਗੱਡੀਆਂ ਜਿਹੜੀਆਂ ਦੇਖ ਰਹੇ ਹੋ ਟਰੱਕ ਜਾ ਰਹੇ ਨੇ ਇਹ ਰਾਤ ਦੀਆਂ ਗੱਡੀਆਂ ਆਈਆਂ ਹੋਈਆਂ ਨੇ ਔਰ ਸਟ੍ਰਾਈਕ ਜਿਹੜੀ ਹੈ ਟਰੱਕ ਡਰਾਈਵਰਾਂ ਦੀ ਉਹ ਸਵੇਰ ਤੋਂ ਸ਼ੁਰੂ ਹੋਈ ਹੈ ਔਰ ਟੈਂਕਰ ਜਿਹੜੇ ਨੇ ਤੇਲ ਦੇ ਉਹ ਪੈਟਰੋਲ ਪੰਪਾਂ 'ਤੇ ਡੀਜ਼ਲ ਦੇ ਚਾਹੇ ਹੋਣ ਚਾਹੇ ਪੈਟਰੋਲ ਦੇ ਹੋਣ ਉਹ ਵੀ ਆਉਣੇ ਬੰਦ ਹੋ ਗਏ ਨੇ ਜਿੰਨਾ ਜਿੰਨਾ ਸਟੋਕ ਹੈ ਉਹ ਸਟੋਕ ਦੇ ਹਿਸਾਬ ਦੇ ਨਾਲ ਹੀ ਪੈਟਰੋਲ ਜਿਹੜਾ ਦਿੱਤਾ ਜਾ ਰਿਹਾ ਔਰ ਕਈ ਪੈਟਰੋਲ ਪੰਪਾਂ 'ਤੇ ਤਾਂ ਡੀਜ਼ਲ 'ਤੇ ਪੈਟਰੋਲ ਵੀ ਖਤਮ ਹੋ ਗਿਆ ਸਾਡੇ ਨਾਲ ਲੋਕ ਨੇ ਜਿਹੜੇ ਕਾਰੋਬਾਰੀ ਨੇ ਇੱਥੇ ਸਬਜ਼ੀ ਮੰਡੀ ਦੇ ਵਿੱਚ ਉਹ ਸਾਡੇ ਨਾਲ ਮੌਜੂਦ ਹੈ ਆੜਤੀ ਕਿਵੇਂ ਦੇਖਦੇ ਹੋ ਜਿੱਦਾਂ ਦੀ ਹੜਤਾਲ ਹੈ ਚੱਲ ਰਹੀ ਹੈ ਡਰਾਈਵਰਾਂ ਦੀ ਉਸਦਾ ਅਸਰ ਸਬਜ਼ੀ ਮੰਡੀ ਦੇ ਵੇਖਣ ਨੂੰ ਮਿਲ ਰਿਹਾ ਅਸਰ ਤਾਂ ਪਊਗਾ ਜੀ ਹਾਲੇ ਤਾਂ ਹੈ ਨਹੀਂ ਰਾਤ ਦੀਆਂ ਗੱਡੀਆਂ ਇੱਥੇ ਮੰਡੀ 'ਚ ਆਈਆਂ ਹੋਈਆਂ ਜਿਹੜਾ ਉਹ ਮਾਲ ਉਤਰ ਰਿਹਾ ਆਉਣ ਵਾਲੇ ਸਮੇਂ 'ਚ ਇਹ ਅਸਰ ਹੋਰ ਵਧੂਗਾ ਗੱਡੀਆਂ ਖੜ ਗਈਆਂ ਡੀਜ਼ਲ ਹੈ ਨਹੀਂ ਮਿਲ ਨਹੀਂ ਰਿਹਾ ਲਾਈਨਾਂ ਜੇ ਪੈਟਰੋਲ ਪੰਪ 'ਤੇ ਲਾਈਨਾਂ ਬਹੁਤ ਲੱਗੀਆਂ ਆ ਸਾਡੀਆਂ ਗੱਡੀਆਂ ਇੱਥੇ ਖੜੀਆਂ ਸਾਰੀਆਂ ਲੋਕਲ ਆ ਤੇਲ ਨਹੀਂ ਮਿਲ ਰਿਹਾ ਜਿਹੜੀ ਸਬਜ਼ੀ ਹੈ ਇਹ ਸਟੋਕ ਰਾਤ ਵਾਲਾ ਜਿਹੜਾ ਇਹ ਰਾਤ ਵਾਲਾ ਹੈ ਜੀ ਇਸ ਟਾਈਮ ਸਵੇਰ ਦਾ ਕੋਈ ਨਹੀਂ ਆਇਆ ਜੇ ਇੱਧਰ ਲੰਬੀ ਚਲੇਗੀ ਸਟ੍ਰਾਈਕ ਤੇ ਸਬਜ਼ੀਆਂ ਆਣੀਆਂ ਬੰਦ ਹੋਣਗੀਆਂ ਮਹਿੰਗੀਆਂ ਹੋਣਗੀਆਂ ਬਿਲਕੁਲ ਬਿਲਕੁਲ ਜੀ ਮਹਿੰਗੀਆਂ ਹੋਣਗੀਆਂ ਜੀ ਜਿੱਦਾਂ ਹੁਣ ਕੱਲ ਮਾਰਕੀਟ ਦੇ ਹਿਸਾਬ ਨਾਲ ਜਿੱਦਾਂ ਪਿਆਜ਼ ਸੀਗਾ ਕੱਲ ਰੇਟ ਸਸਤਾ ਸੀਗਾ ਅੱਜ ਪਿਆਜ਼ ਦਾ ਰੇਟ ਥੋੜਾ ਵੱਧ ਗਿਆ ਜੀ ਕੱਲ ਨੂੰ ਆਉਣ ਵਾਲੇ ਟਾਈਮ 'ਚ ਹੋਰ ਵੀ ਵੱਧ ਸਕਦਾ ਹੈ ਕਿਉਂਕਿ ਪਿੱਛੋਂ ਸਟਾਕ ਆਉਂਦਾ ਨਹੀਂ ਆਏਗਾ ਤੇ ਫਿਰ ਉਹ ਆਫੀਸ਼ੀਅਲੀ ਗੱਲ ਹੈ ਕਿ ਉਹ ਰੇਟ ਵਧੇਗਾ ਹੀ ਵਧੇਗਾ ਜੀ ਉਹਦਾ ਇਹ ਤਸਵੀਰਾਂ ਸਬਜ਼ੀ ਮੰਡੀ ਦੀਆਂ ਨੇ ਅਸੀਂ ਪਹਿਲੇ ਪੈਟਰੋਲ ਪੰਪ ਦੀਆਂ ਤਸਵੀਰਾਂ ਦਿਖਾ ਰਹੇ ਸੀ ਕਿਉਂਕਿ ਟਰੱਕ ਡਰਾਈਵਰ ਜਿਸ ਤਰ੍ਹਾਂ ਦੇ ਨਾਲ ਉਸ ਕਾਨੂੰਨ ਦੇ ਸੋਧ ਨੂੰ ਲੈ ਕੇ ਰੋਸ ਵਿੱਚ ਨੇ ਹੜਤਾਲ ਤੇ ਚਲੇ ਗਏ ਨੇ ਪਰ ਸਬਜ਼ੀ ਮੰਡੀ ਦੇ ਵਿੱਚ ਵੀ ਇਹ ਅਸਰ ਵੇਖਣ ਨੂੰ ਮਿਲ ਰਿਹਾ ਪਿਆਜ਼ ਦਾ ਰੇਟ ਜਿਹੜਾ ਹੈ ਅਗਰ ਸ਼ਾਮ ਤੱਕ ਇਹ ਹੜਤਾਲ ਡਰਾਈਵਰਾਂ ਦੀ ਖਤਮ ਨਾ ਹੋਈ ਤਾਂ ਸਬਜ਼ੀਆਂ ਦੇ ਜਿਹੜੇ ਮੁੱਲ ਹੈ ਉਹ ਵੀ ਵੱਧ ਜਾਣਗੇ ਔਰ ਇਹ ਸਿੱਧਾ ਸਿੱਧਾ ਅਸਰ ਸਾਰੇ ਬਾਜ਼ਾਰਾਂ ਦੇ ਵਿੱਚ ਇਸਦਾ ਪਏਗਾ ਕਿਉਂਕਿ ਢੋਆ ਢੁਆਈ ਜਿਹੜੀ ਹੁੰਦੀ ਹੈ ਚਾਹੇ ਬਾਹਰਲੇ ਸੂਬਿਆਂ ਤੋਂ ਸਮਾਨ ਆਉਂਦਾ ਉਹ ਸਮਾਨ ਆਉਣਾ ਅਗਰ ਬੰਦ ਹੋ ਜਾਊਗਾ ਔਰ ਜਿਹੜੇ ਪੁਰਾਣੇ ਸਟੋਕ ਪਏ ਆ ਉਹ ਮਹਿੰਗੇ ਹੋ ਜਾਣਗੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਅਗਰ ਇਹ ਹੜਤਾਲ ਡਰਾਈਵਰਾਂ ਦੀ ਇਸੇ ਤਰ੍ਹਾਂ ਜਾਰੀ ਰਹੀ ਅਗਰ ਸ਼ਾਮ ਤੱਕ ਕੋਈ ਸਲੂਸ਼ਨ ਨਹੀਂ ਨਿਕਲਿਆ ਸਰਕਾਰ ਨਾਲ ਗੱਲਬਾਤ ਨਹੀਂ ਹੋਈ ਤਾਂ ਮੰਡੀਆਂ ਦੇ ਵਿੱਚ ਸਬਜ਼ੀਆਂ ਵੀ ਵੇਖਣ ਨੂੰ ਨਹੀਂ ਮਿਲਣਗੀਆਂ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ PTC News ਲੁਧਿਆਣਾ